ਹਾਂਜੀ ਅਰੋੜਾ ਸਾਹਿਬ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਜਿਹੜੇ ਬੱਚੇ ਖੜੇ ਇਹਨਾਂ ਦਾ ਆਪਾਂ ਕੀ ਕਰਨਾ ਦੋਸਤ ਸਰ ਅਸੀਂ ਜਿਹੜਾ ਨੇ ਕੈਨੇਡਾ ਬੜੇ ਜਾਣਾ ਚਾਹੁੰਦੇ ਸੀ ਤੇ ਕੈਨੇਡਾ ਦਾ ਪ੍ਰਾਈਸ ਅਰੇਂਜਮੈਂਟ ਕਰ ਲਿਆ ਹਾਂਜੀ ਕਾਰਨ ਅਸੀਂ ਕੋਸ਼ਿਸ਼ ਕਰ ਰਹੇ ਕਿ ਦੁਬਾਰਾ ਜੋ ਕੈਨੇਡਾ ਜਾ ਕੇ ਪ੍ਰਾਈਸ ਦੁਬਾਰਾ ਸਟਾਰਟ ਕਰ ਸਕਦੇ ਕਦੋਂ ਕਿੰਨੇ 2 ਸਾਲ ਤੱਕ ਇਹਨਾਂ ਨੂੰ ਹੋ ਗਏ ਬੱਚਿਆਂ ਨੂੰ ਕੀ ਗਾਰੰਟੀ ਲੈਣ ਨੂੰ ਵੀ ਕਿੰਨੀ ਦੇਰ ਤੱਕ ਹੈ ਤੁਸੀਂ ਬੱਚਿਆਂ ਨੂੰ ਬਾਹਰ ਭੇਜੋਗੇ ਸਰ ਅਸੀਂ ਜਿਹੜੀ ਅਗਲੀ ਟੇਕ ਹੈ ਸਤੰਬਰ ਦੇ ਵਿੱਚ ਹੈ ਅਸੀਂ ਸਤੰਬਰ ਦੇ ਟੇਕ ਚ ਭੇਜਾਂਗੇ ਇਨ ਕੇਸ ਜੇ ਬੇਰੀ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੁੰਦੇ ਆ ਦੈਨ ਕੀ ਕਰੋਗੇ ਫਿਰ ਸਰ ਅਸੀਂ ਦੇਖਾਂਗੇ ਉਹਦਾ ਹੱਲ ਐਸੇ ਲੈਣੇ ਦੇਖੋ ਸਰ ਅਸੀਂ ਨਾ ਜਦੋਂ ਇਹਨਾਂ ਨੇ ਪਿਛਲੀ ਨਹੀਂ ਦੇਖ ਤਾਂ ਤੁਸੀਂ ਬ੍ਰਦਰ 3 ਸਾਲ ਤੋਂ ਰਹੇ ਹੋ ਗੱਲ ਤਾਂ ਆਪਾਂ ਇਨਸਟੈਂਟਲੀ ਕਰੀਏ ਇਹਨੂੰ ਮੈਂ ਫਾਈਨਲ ਕਰਨ ਆਇਆ ਐਪੀਸੋਡ ਨੂੰ ਇਹਨੂੰ ਆਪਾਂ ਨਾ ਤਾਂ ਪਾਰਟਲੀ ਐਪੀਸੋਡ ਲੈਣੇ ਇਹਦੇ ਇਹਨੂੰ ਮੈਂ ਫਾਈਨਲ ਅੱਜ ਕਰਕੇ ਜਾਣਾ ਇੱਥੋਂ ਰਾਈਟ ਕਿਉਂਕਿ ਦੇਖੋ ਜਦੋਂ ਇੰਨੇ ਇਹਨਾਂ ਨੇ ਕਰਜ਼ਾ ਚੱਕ ਕੇ ਮਾਂ-ਬਾਪਾਂ ਨੇ ਕਿੱਦਾਂ ਕਿੱਦਾਂ ਤੁਹਾਨੂੰ ਪੈਸੇ ਦਿੱਤੇ ਨੇ ਤੁਹਾਡੇ ਥਰੂ ਹੀ ਗਿਆ ਨਾ ਇਹ ਤਾਂ ਨਹੀਂ ਸੀ ਜਾਣਦੇ ਕੈਨੇਡੀਅਨ ਕਿਹੜਾ ਬੈਂਕਾਂ ਤੇ ਕਿਹੜਾ ਕਾਲਜਾਂ ਦਾ ਕੀ ਆ ਤੁਸੀਂ ਸਾਰਾ ਕੁਝ ਮੀਡੀਏਟਰ ਯੂ ਆਰ ਦਾ ਮੀਡੀਏਟਰ ਰਾਈਟ ਤੁਸੀਂ ਆਪਣੀ ਵਿੱਚੋਂ ਫੀਸ ਲਈ ਆ ਜੋ ਵੀ ਤੁਹਾਡਾ ਸਿਸਟਮ ਹੁੰਦਾ ਪਰ ਆਪਾਂ ਜੇ 2 ਸਾਲ ਤੋਂ ਇਹਨਾਂ ਬੱਚਿਆਂ ਨੂੰ ਮਗਰ ਹੀ ਲਾਈ ਰੱਖਾਂਗੇ ਜਿਨ੍ਹਾਂ ਦਾ ਗੈਪ ਵੀ ਪੈ ਗਿਆ ਫਿਊਚਰ ਵੀ ਖਰਾਬ ਹੋ ਗਿਆ ਹਾਂਜੀ ਕੋਸ਼ਿਸ਼ ਕਰਦੇ ਆ ਕਿ ਕੈਨੇਡਾ ਚਲੇ ਜਾਣ ਅਸੀਂ ਵਧੀਆ ਕਾਲਜ ਨਾਲ ਟਾਈ ਅਪ ਕੀਤਾ ਠੀਕ ਹੈ ਇਹਨਾਂ ਦਾ ਮੇਨ ਮਕਸਦ ਸੀਗਾ ਤੇ ਚੰਗੀ ਪੜ੍ਹਾਈ ਲੈਣਾ ਪਰ ਕੈਨੇਡਾ ਦੇ ਵਿੱਚ ਆ ਕੇ ਕਈਆਂ ਦਾ ਬੱਚਿਆਂ ਦਾ ਹੋਏਗਾ ਕਿ ਕੈਨੇਡਾ ਜੇ ਤਾਂ ਸੈਟਲ ਹੋਣਾ ਹੈ ਕਈ ਬੱਚਿਆਂ ਦਾ ਹੋਏਗਾ ਕਿ ਪੜ੍ਹ ਕੇ ਇੰਡੀਆ 'ਚ ਵਾਪਸ ਆਣਾ ਤੇ ਅਸੀਂ ਇਹਨਾਂ ਲਈ ਬਹੁਤ ਅੱਛੇ ਕਾਲਜ ਦੇ ਵਿੱਚ ਅਰੇਂਜਮੈਂਟ ਉਹ ਤਾਂ ਤੁਸੀਂ 2 ਸਾਲ ਤੋਂ ਬਹੁਤ ਅੱਛਾ ਕਰ ਹੀ ਰਹੇ ਹੋ ਬਹੁਤ ਅੱਛੇ ਕੋਰਸ ਵੀ ਕਰਾਤੇ ਇਹਨਾਂ ਬੱਚਿਆਂ ਨੂੰ ਬਹੁਤ ਇਹਨਾਂ ਨੂੰ ਵਧੀਆ ਧੱਕੇ ਵੀ ਖਵਾਤੇ ਜ਼ਿੰਦਗੀ ਵੀ ਖਰਾਬ ਕਰਤੀ ਇਹਨਾਂ ਨੂੰ ਕਰਜ਼ਾਈ ਵੀ ਕਰਤਾ ਬੱਚਿਆਂ ਦਾ ਫਿਊਚਰ ਵੀ ਖਰਾਬ ਕਰਤਾ ਇਸ ਤੋਂ ਵਧੀਆ ਹੋਰ ਤੁਸੀਂ ਕੀ ਫਿਊਚਰ ਦੇ ਸਕਦੇ ਸਾਡੇ ਬੱਚਿਆਂ ਨੂੰ ਨਹੀਂ ਦੇਖੋ ਮੇਰੀ ਦੋਸਤ ਮੇਰੀ ਗੱਲ ਸੁਣ ਤੁਹਾਡੇ ਕੋਲ ਜਦੋਂ ਕੋਈ ਆਉਂਦਾ ਹੈ ਨਾ ਤਾਂ ਪਤਾ ਨਹੀਂ ਕਿੱਦਾਂ ਬੱਚੇ ਮੈਂ ਸਾਰੇ ਸਟੱਡੀ ਲੋਨ ਲੈ ਕੇ ਕਿੱਦਾਂ ਆਪਣੇ ਘਰ ਬਾਰ ਗਿਰਵੀ ਰੱਖ ਕੇ ਮਾਂ-ਬਾਪ ਦੇ ਗਹਿਣੇ ਵੇਚ ਕੇ ਕਿਸ ਤਰੀਕੇ ਨਾਲ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਫਿਰ ਇਹ ਤੁਹਾਨੂੰ ਪੇਮੈਂਟਾਂ ਕਰਦੇ ਨੇ ਕਿਉਂਕਿ ਸਾਰੇ ਤੁਸੀਂ ਆ ਦੇਖ ਲਓ ਬੱਚਿਆਂ ਦੇ ਚਿਹਰੇ 2.5 ਸਾਲ ਹੋ ਗਏ काफी सारे स्कूल है जो एजुकेशन बोर्ड फलाने कॉलेज फीस जमा करानी है रिकमेंडेशन तों बाद होए ना पैसे जमा पैसे वापस करने जिदा तुम दसो कि करते हो इन्होंने नहीं तुहाडे कोलों कुछ भी कराउणा 2 साल करोड़ा रुपया लैके हजम करके गुड़गांव बैठे हो सॉरी चीजा नहीं चलनिया
काइंडली इनू तुहानू करना पवेगा, अदरवाइज मैं इनू सील करावांगा। सील करा के फिर जो भी कार्रवाई होगी देखांगे की करना। ये हुण तुहानू क्लीयर जी गल हैगी, इनू तुसीं अपनी भाषा च इनू किद्दां लैंदे हो तुहानू पता होगा, क्योंकि पंजाबियां नाल विआह तुहाडा मेरा पहली बार पिया शायद। नहीं 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 नहीं, तुसीं देखो दो साल तो ढाई साल तो बच्चों नूं तुसीं खराब कर रहे हो। मान लिया एक उन्हां तों कोई तुहाडा चांस मिस हो गया जां खराब हो गया, सैकेंड थर्ड फोर्थ फरवरी दे विच वी बच्चे बाहर भेजे जांदे ने, सितंबर विच वी भेजे जांदे ने, तीन तीन एपीसोड जुलाई च वी भेजे जांदे, तीन तीन हुंदे ने यार सेमेस्टर। जे साल तीन तीन दा विच तुसीं ला लो, तिन्नां सालां दे विच किन्ने बढ़ गए, नौ सेमेस्टर नहीं तुसीं बच्चे नूं भेज सके, ते हुण तुसीं की भेज दिओगे मैनूं दस्सो। नहीं तुसीं इक गल सुनो, मेरी गल दा ध्यान नाल जवाब दिओ, ਤੁਸੀਂ ਇਹ ਕਾਰੋਬਾਰ ਕਿਸ ਚੀਜ਼ ਦਾ ਖੋਲਿਆ? ਮੈਨੂੰ ਲੈਟ ਦੈਮ ਨੋ, ਬਈ ਇਹ ਦੱਸੋ ਮੈਨੂੰ ਕੀ ਹੈ ਆਈਡੀਪੀ ਇੰਡੀਆ, ਇਹ ਉਹ ਜੋ ਵੀ ਤੁਹਾਡਾ ਹੈਗਾ, ਇਹਦਾ ਮਤਲਬ ਕੀ ਹੈ? ਇੱਥੇ ਤੁਸੀਂ ਕੀ ਕਰਦੇ ਹੋ? ਬ੍ਰੋ ਗੱਲ ਛੱਡੋ ਪਰੇ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੇਰੀ 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 ਅਰੋੜਾ ਸਾਹਿਬ ਗੱਲ ਸੁਣੋ, ਮੈਂ ਆਪਣੇ ਵੱਲੋਂ FIR ਲਾਂਚ ਕਰਾਊਂਗਾ, ਮੈਂ ਆਪਣੇ ਵੱਲੋਂ, ਨੋਟ ਬੱਚਿਆਂ ਵੱਲੋਂ, ਇਹਦਾ ਪਾਰਟੀ ਮੈਂ ਡਾਇਰੈਕਟ ਬਣੂੰਗਾ, ਜੋ ਮਰਜ਼ੀ ਹੋ ਜੂਗੀ, ਰਾਈਟ? ਤੇ ਕਾਈਂਡਲੀ ਮੈਂ ਨਹੀਂ ਚਾਹੁੰਦਾ ਮੈਂ ਤੁਹਾਡੇ ਨਾਲ ਵੀ ਧੱਕਾ ਕਰਾਂ, ਜੇ ਆਪਾਂ ਇਮਾਨਦਾਰੀ ਨਾਲ ਭਾਈਚਾਰਾ ਸਮਝ ਕੇ ਇਹਨਾਂ ਬੱਚਿਆਂ ਦੀ ਐਡਜਸਟਮੈਂਟ ਦਾ ਜੋ ਵੀ ਇਹਨਾਂ ਦਾ ਕਰਨਾ ਗ੍ਰੇਸਫੁਲ ਵੇ ਨਾਲ, ਜਿਹਦਾ ਫਰੂਟਫੁਲ ਰਿਜ਼ਲਟ ਹੋਵੇ, ਦੈਨ ਆਪਾਂ ਟਾਕ ਕਰ ਸਕਦੇ, ਅਦਰਵਾਈਜ਼ ਮੇਰੀ ਕੋਈ ਟਾਕ ਨਹੀਂ ਹੋਏਗੀ ਤੁਹਾਡੇ ਨਾਲ। ਮੈਂ ਲੋਲੀਪੌਪ ਨਾ ਬੱਚਿਆਂ ਨੂੰ ਦੇਣਾ, ਨਾ ਮੈਂ ਇੱਥੇ ਪੋਲੀਟਿਕਸ ਕਰਨਾ ਆਇਆ, ਇੱਥੇ ਬੱਚਿਆਂ ਦੇ ਫਿਊਚਰ ਦਾ ਸਵਾਲ ਆ। ਨਹੀਂ ਫਿਰ ਦੇਖੋ, ਨਹੀਂ ਨਹੀਂ ਤੁਸੀਂ ਲਏ ਨਹੀਂ, ਇਹ ਆਪ ਜਾ ਕੇ ਦੇ ਆਏ ਉਹਨਾਂ ਨੂੰ, ਤੁਸੀਂ ਕਿਹਾ ਤੁਹਾਡਾ ਵਿੱਚ ਹੱਥ ਆ, ਤੁਹਾਡੇ ਰਿਕਮੈਂਡੇਸ਼ਨ ਤੇ ਗਏ ਆ ਨਾ, ਕਮਿਸ਼ਨ ਵੀ ਤੁਹਾਨੂੰ, ਤੁਸੀਂ ਇੱਥੇ ਕੋਈ ਲੋਕ ਸੇਵਾ ਥੋੜੀ ਕਰਦੇ ਹੋ? ਇੱਕ ਮਿੰਟ ਅਰੋੜਾ ਸਾਹਿਬ, ਤੁਸੀਂ ਲੋਕ ਸੇਵਾ ਕਰਦੇ ਹੋ, ਏਡੇ ਏਸੀ ਲਾਏ ਨੇ ਤੁਸੀਂ, ਬਾਹਰ ਤਾਮ ਜਾਮ ਲਾਇਆ, ਤੇ ਇਹਨਾਂ ਦੇ ਬੱਚਿਆਂ ਦੀ ਕਮਿਸ਼ਨਾਂ ਦੇ ਉੱਤੇ ਤੁਹਾਡਾ ਸਿਸਟਮ ਚੱਲਦਾ, ਉਹ ਪੈਸਾ ਕਿੱਥੇ ਜਾਂਦਾ ਦੱਸੋ? ਇਹਨਾਂ ਤੋਂ ਲੈ ਕੇ ਤੁਸੀਂ ਅੱਗੇ ਦਿੰਦੇ ਹੋ ਆਪਦੀ, ਜੋ ਵੀ ਤੁਹਾਡਾ ਸਿਸਟਮ ਹੁੰਦਾ ਵਿੱਚ, ਬਾਕੀ ਏਜੰਟਾਂ ਨੇ ਵੀ ਮੋੜੇ ਆ, ਤੇ ਬਾਕੀ ਏਜੰਟਾਂ ਨੇ ਮੋੜੇ ਤਾਂ ਤੁਹਾਨੂੰ ਕੀ ਪ੍ਰੋਬਲਮ ਆ? ਇਹ ਸਭ ਤੋਂ ਵੱਡੀ ਕੰਪਨੀ ਆ, ਛੋਟੀ ਕੰਪਨੀ। ਦੇਖੋ ਅੱਜ ਤਾਂ ਮੈਂ ਆਇਆ ਇਕੱਲਾ, ਸੁਣ ਲਓ ਮੇਰੀ ਗੱਲ, ਅੱਜ ਆਇਆ ਮੈਂ ਇਕੱਲਾ ਬੱਚਿਆਂ ਦੇ ਨਾਲ, ਕੱਲ ਨੂੰ ਮੈਂ ਇੱਥੇ ਆਪ ਬੈਠੂੰਗਾ ਵਿਦ ਪ੍ਰੈਸ, ਵਿਦ ਸਾਰੇ ਸੋਸ਼ਲ ਮੀਡੀਆ ਸਾਰੇ ਇੱਥੇ ਹੋਣਗੇ, ਪੁਲਿਸ ਆਫਿਸਰ ਵੀ, ਡੀਸੀ ਸਾਹਿਬ ਵੀ, ਮੈਂ ਇੱਥੇ ਕਮਿਸ਼ਨਰ ਸਾਹਿਬ ਵੀ ਇੱਥੇ ਹੋਣਗੇ, ਸਾਰੇ ਹੋਣਗੇ। ਕਹਿੰਦਾ ਮਤਲਬ ਫੈਸਲਾ ਟੇਬਲ ਤੇ, ਹੁਣ ਬਾਹਰ ਸੜਕ ਤੇ ਬੈਠ ਕੇ ਫੈਸਲਾ ਹੋਏਗਾ, ਬੰਦ ਕਮਰੇ ਚ ਨਹੀਂ ਹੋਣਾ। ਤੁਸੀਂ ਕਾਇੰਡਲੀ, ਤੁਹਾਨੂੰ 24 ਘੰਟੇ ਦਿੱਤੇ, ਆਪਣਾ ਵਿਚਾਰ ਲਓ, ਸੋਚ ਲਓ, ਅਦਰਵਾਈਜ਼ ਆਪਣਾ ਪੜਿਆ ਤੁਸੀਂ ਆਪ ਦੇਖਣਾ ਵੀ ਤੁਸੀਂ ਘੱਟੇ ਜਾਣਾ ਕਿ ਵੱਧਦੇ ਜਾਣਾ। ਧੰਨਵਾਦ, ਬੰਦ ਕਰੋ ਜੀ ਨੂੰ। ਧੰਨਵਾਦ ਸਰ। ਸੁਣ ਲਓ, ਤੁਹਾਡਾ ਇੱਕ ਦੁੱਖੀ ਦਵਾਉਂਗਾ, ਲੜਾਈ ਨਾਲ ਲੜਿਓ, ਜ਼ਿੰਦਗੀਆਂ ਬਚਾ ਰਹੇ ਸਰ। ਤੁਸੀਂ ਜਾਓ, ਕੋਈ ਗੱਲ ਨੀ।